ਦੋਸਤੋ, ਅੱਜ ਅਸੀਂ ਆਪਣੀ ਪੰਜਾਬੀ ਵਿੱਚ ਲਿਖੀ ਹੋਈ ਕਵਿਤਾ ਨਸ਼ਾ ਲੈ ਕੇ ਆਏ ਹਾਂ, ਜੋ ਕਿ ਇਸ ਪ੍ਰਕਾਰ ਹੈ। ਨਸ਼ਿਆਂ ਦੀ ਹੈ ਜੜ ਵੱਢੋ, ਦੇਸ਼ ਵਿੱਚੋਂ ਬਾਹਰ ਕੱਢੋ, ਇਹ ਬੁਰਾਈ ਹੈ ਸਭ ਤੋਂ ਜ਼ਿਆਦਾ, ਰਲ ਮਿਲ ਸਾਰੇ ਫਾਹਾਂ ਵੱਢੋ। ਨਸ਼ਿਆਂ ਦੀ ਹੈ ਜੜ ਵੱਢੋ, ਦੇਸ਼ ਵਿੱਚੋਂ ਬਾਹਰ ਕੱਢੋ। ਦਾਲ ਫੁਲਕਾ ਉਂਝ ਚੱਲਦਾ ਸੌਖਾ, ਨਸ਼ਿਆਂ ਦੇ ਨਾਲ ਰਹਿਣਾ ਔਖਾ। ਭੁੱਖ ਗਰੀਬੀ ਛਾ ਜਾਏਗੀ, ਝਗੜਿਆਂ ਦਾ ਇਹ ਮੁੱਢ ਵੱਜਾ। ਦਲਦਲ ਐਸੀ ਨਸ਼ਿਆਂ ਦੀ, ਇਸ ਦਲਦਲ ਤੋਂ ਹੈ ਬਾਹਰ ਨਿਕਲੋ। ਨਸ਼ੇ ਦੀ ਹੈ ਜੜ ਵੱਢੋ, ਦੇਸ਼ ਵਿੱਚੋਂ ਬਾਹਰ ਕੱਢੋ। ਨਸ਼ਿਆਂ ਤੋਂ ਹੈ ਨਫ਼ਰਤ ਰੱਖੋ, ਉਹ ਨਸ਼ਿਆਂ ਰਹਿਤ ਜਹਾਨ ਲੱਭੋ। ਪਰਿਵਾਰ ਵੀ ਸੌਖਾ ਹੋ ਜਾਏਗਾ, ਨਸ਼ਿਆਂ ਤੋਂ ਜ਼ਰਾ ਬਾਹਰ ਨਿਕਲੋ। ਨਸ਼ਿਆਂ ਦੀ ਹੈ ਜੜ ਵੱਢੋ, ਦੇਸ਼ ਵਿੱਚੋਂ ਹੈ ਬਾਹਰ ਕੱਢੋ। ਦੋਸਤੋ, ਸਾਡੇ ਦੇਸ਼ ਵਿੱਚ ਨਸ਼ੇ ਵਰਗੀ ਬੁਰਾਈ ਨੇ ਸਾਡੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ ਘੁਣ ਵਾਂਗਰਾਂ। ਇਸ ਬਿਮਾਰੀ ਲੜਾਈ ਦਾ ਮੁੱਢ ਨਸ਼ਾ ਹੈ। ਕੀ ਅਸੀਂ ਇਸ ਬੁਰਾਈ ਨੂੰ ਮੁੱਢੋਂ ਉਖਾੜ ਨਹੀਂ ਸਕਦੇ? ਮੈਂ ਇਸ ਵਿਸ਼ੇ 'ਤੇ ਇਕੱਲਾ ਨਹੀਂ ਕੁਝ ਕਰ ਸਕਦਾ। ਦੋਸਤੋ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਤਾਂ ਹੀ ਅਸੀਂ ਕੁਝ ਕਰ ਪਾਵਾਂਗੇ। ਹਾਂ ਦੋਸਤੋ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਅਗਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਧੰਨਵਾਦ।